ਮੇਰੇ ਵੱਲੋਂ ਸਭ ਭੈਣ ਭਾਈਆਂ ਨੂੰ ਸਲਾਮ ਹੋਵੇ, ਜਗਤਾਂ ਬਜ਼ੁਰਗਾਂ ਤੇ ਮਾਈਆਂ ਨੂੰ ਸਲਾਮ ਹੋਵੇ। ਅੱਜ ਦਾ ਪ੍ਰੋਗਰਾਮ ਲੈ ਕੇ ਆਇਆ ਵਾਂ ਅੱਜ ਦੀ ਗੱਲ। ਅੱਜ ਦੀ ਗੱਲ ਨਾਲ ਤੁਸੀਂ ਸਾਰੇ ਜਾਣਦੇ ਹੋ ਜਿਹੜਾ ਵਾਕਿਆ ਸਾਡੇ ਨਾਲ ਜੜਾਂਵਾਲਾ ਦੇ ਵਿੱਚ ਹੋਇਆ ਹੈ। ਮੈਂ ਪਿਛਲੇ ਪ੍ਰੋਗਰਾਮ ਦੇ ਵਿੱਚ ਕੁਝ ਤਫਸੀਲ ਦੱਸੀ ਸੀ ਤੁਹਾਨੂੰ, ਲੇਕਿਨ ਮੈਂ ਪਹਿਲਾਂ ਚੰਦ ਗੱਲਾਂ ਹੱਕਮਿਆਲਾ ਆਪਣੇ ਉਹਨਾਂ ਸਾਰੇ ਮੌਜੂਦਾ ਅਕਸਰੀਅਤੀ ਲੋਕਾਂ ਨਾਲ ਗੱਲ ਕਰਨ ਲੱਗਾ। ਕਿਆ ਇਹ ਜ਼ੁਲਮ ਕਰਕੇ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਜੇ ਕਿ ਅਸੀਂ ਤੁਹਾਨੂੰ ਪਸੰਦ ਨਹੀਂ? ਮੈਂ ਪਿਛਲੀ ਦਫਾ ਆਖਿਆ ਅਸਾਂ ਇਸ ਮੁਲਕ ਦੀਆਂ ਬੁਨਿਆਦਾਂ ਨੂੰ ਮਜ਼ਬੂਤ ਕੀਤਾ ਹੈ, ਅਸਾਂ ਇਸ ਮੁਲਕ ਨੂੰ ਸਿਹਤ ਵੀ ਦਿੱਤੀ, ਅਸਾਂ ਐਜੂਕੇਸ਼ਨ ਵੀ ਦਿੱਤੀ। ਮੈਂ ਆਪਣੀ ਉਹਨਾਂ ਤਫਸੀਲ ਨੂੰ ਦੁਬਾਰਾ ਜ਼ਿਕਰ ਕਰਨ ਲੱਗਿਆ ਇਸ ਤੋਂ ਮੁਨਾਸਬ ਸਮਝਿਆ ਕਿ ਤੁਹਾਨੂੰ ਯਾਦ ਆਵੇ ਕਿ ਮੈਂ ਪਿਛਲੀ ਦਫਾ ਕੀ ਆਖਿਆ। ਲੇਕਿਨ ਮੈਂ ਇਹ ਪੁੱਛਣਾ ਚਾਹੁੰਦਾ ਵਾਂ ਕਿ ਤੁਸੀਂ ਸਾਨੂੰ ਸਾਰੇ ਜ਼ੁਲਮ ਕਰਕੇ ਸਾਨੂੰ ਕੀ ਦੱਸਣਾ ਚਾਹ ਰਹੇ ਹੋ? ਕਿਆ ਅਸੀਂ ਇਸ ਮੁਲਕ ਦੇ ਵਾਸੀ ਨਹੀਂ ਹੈਗੇ, ਜਾਂ ਅਸੀਂ ਹਿਜਰਤ ਕਰਕੇ ਆਏ ਹਾਂ, ਜਾਂ ਕਿ ਤੁਸੀਂ ਇਹ ਚਾਹੁੰਦੇ ਜੇ ਕਿ ਅਸੀਂ ਹੁਣ ਇਸ ਮੁਲਕ ਦੇ ਵਿੱਚੋਂ ਚਲੇ ਜਾਈਏ? ਤੁਹਾਡੀ ਇਸ ਨਫ਼ਰਤ ਦਾ ਅਸੀਂ ਕੀ ਜਵਾਬ ਦੇਈਏ? ਅਸੀਂ ਤਾਂ ਇਸ ਮੁਲਕ ਦੇ ਖੈਰ ਖਾਹ ਹੈਗੇ ਹਾਂ। ਅਸੀਂ ਤੇ ਇਸ ਮੁਲਕ ਲਈ ਜਦੋਂ ਆਪਣੇ ਚਰਚਾਂ ਦੇ ਵਿੱਚ ਦੁਆਵਾਂ ਕਰ ਰਹੇ ਹਾਂ, ਹਰ ਇਖਤਤਾਮ ਦੇ ਉੱਤੇ ਅਸੀਂ ਦੁਆ ਕਰ ਰਹੇ ਹਾਂ ਮੁਲਕ ਦੇ ਮੌਜੂਦਾ ਹੁਕਮਰਾਨਾਂ ਲਈ, ਅਸੀਂ ਦੁਆ ਕਰ ਰਹੇ ਹਾਂ ਮੁਲਕ ਦੀ ਇੰਤਜ਼ਾਮੀਆਂ ਲਈ, ਅਸੀਂ ਦੁਆ ਕਰ ਰਹੇ ਹਾਂ ਅਫਵਾਜੇ ਪਾਕਿਸਤਾਨ ਲਈ, ਅਸੀਂ ਦੁਆ ਕਰ ਰਹੇ ਹਾਂ ਇਸ ਮੁਲਕ ਦੇ ਇੱਕ ਇੱਕ ਸ਼ਖਸ ਦੇ ਰਹਿਣ ਲਈ। ਲੇਕਿਨ ਅਸੀਂ ਨਹੀਂ ਜਾਣਦੇ ਕਿ ਤੁਹਾਡੇ ਅੰਦਰ ਸਾਡੇ ਵਾਸਤੇ ਇਹ ਨਫ਼ਰਤ, ਇਹ ਬੁਗਸ ਕਿੱਧਰੋਂ ਤੇ ਕਿਹੜੇ ਪਾਸਿਓਂ ਦਾਖਲ ਹੋ ਜਾਂਦਾ ਜਿਹਦੇ ਨਾਲ ਤੁਸੀਂ ਸਾਡੇ ਨਾਲ ਇਹ ਬੁਰਾ ਸਲੂਕ ਕਰਦੇ ਹੋ, ਸਾਡੇ ਚਰਚਾਂ ਨੂੰ ਅੱਗਾ ਲਾ ਦਿੰਦੇ ਜੀ, ਜਿਵੇਂ ਕਿ ਤੁਸੀਂ ਜੜਾਂਵਾਲੇ 'ਚ ਕੀਤਾ ਹੈ। ਔਰ ਤਾਰੀਖ 'ਚ ਇੰਨੇ ਚਰਚ ਕਿਤੇ ਵੀ ਨਹੀਂ ਜਲਾਏ ਗਏ ਜਿਹਨੇ ਕਿ ਤੁਸਾਂ ਜਲਾ ਦਿੱਤੇ ਨੇ, ਹਜ਼ਾਰਾਂ ਬਾਈਬਲਾਂ ਤੁਸਾਂ ਜਲਾ ਦਿੱਤੀਆਂ ਨੇ। ਅਸੀਂ ਕਦੀ, ਹਾਲਾਂਕਿ ਮੇਰੇ ਬਹੁਤ ਸਾਰੇ ਐਸੇ ਦੋਸਤ ਜਿਹੜੇ ਐਸੀ ਗੱਲ ਕਰਦੇ ਹਾਂ ਉਹ ਸੋਚਦੇ ਵੀ ਨਹੀਂ। ਬਹੁਤ ਸਾਰੇ ਲੋਕ ਇਹ ਕਹਿ ਦਿੰਦੇ ਨੇ ਗੋ ਕੇ ਅਸੀਂ ਅਫਸੋਸ ਕਰਦੇ ਹਾਂ, ਅਸੀਂ ਮੁਜ਼ੰਮਤ ਕਰਦੇ ਹਾਂ ਕਿ ਬਾਈਬਲ ਮੁਕੱਦਸ ਗੋ ਕੇ ਉਹਦੀ ਤਾਰੀਫ ਹੋ ਗਈ ਹੈ। ਮੇਰੇ ਅਜ਼ੀਜ਼ੋ, ਇੰਝ ਵੀ ਗੱਲ ਕਰਕੇ ਤੁਸੀਂ ਮੁਜ਼ੰਮਤ ਹੀ ਬਿਆਨ ਦੇ ਕੇ ਵੀ ਸਾਡੇ ਅੰਦਰ ਸਾਨੂੰ ਸਾੜ ਦਿੰਦੇ ਹੋ। ਇਹ ਕਿਹੜੀ ਤੁਸੀਂ ਚੰਗੀ ਗੱਲ ਕਰਦੇ ਹੁੰਦੇ ਜੀ? ਅਸੀਂ ਇਸ ਦੇ ਬਾਵਜੂਦ ਕੋਈ ਜਲਸਾ ਨਹੀਂ ਕਰਦੇ, ਅਸੀਂ ਕੋਈ ਜਲੂਸ ਨਹੀਂ ਕਰਦੇ। ਉਹ ਚਾਹੇ ਕੋਈ ਸਹਾਫੀ ਹੈ, ਉਹ ਚਾਹੇ ਕੋਈ ਮੌਲਾਨਾ ਹੈ, ਉਹ ਚਾਹੇ ਕੋਈ ਆਮ ਪਰਸਨ ਵੀ ਘਰ ਬੈਠਾ ਗੱਲ ਕਰ ਦਿੰਦਾ ਇਹਦੇ 'ਚ ਤਹਿਰੀਫ ਹੋ ਗਈ ਹੈ। ਮੇਰੇ ਅਜ਼ੀਜ਼ੋ, ਕਦੀ ਤੁਸੀਂ ਜਦੋਂ ਗੱਲ ਕਰਦੇ ਜੇ ਸਾਡੇ ਉਹਨਾਂ ਤਮਾਮ ਮਮਾਲਕ ਦੀ ਜਿਹੜੇ ਯੂਰਪੀ ਮਮਾਲਕ ਨੇ, ਉੱਥੇ ਜਦੋਂ ਕੋਈ ਗੋਰਾ ਜਾਂ ਉਹਨਾਂ ਦੇ ਤਮਾਮ ਇੰਤਜ਼ਾਮੀਆਂ ਦੇ ਕੰਮ ਵੇਂਦੇ ਹੋ ਤਾਂ ਤੁਸੀਂ ਇੱਥੇ ਕਹਿੰਦੇ ਜੇ ਗੋ ਕਿ ਉਹ ਕਾਫਰ ਨੇ, ਲੇਕਿਨ ਇਸ ਦੇ ਬਾਵਜੂਦ ਉੱਥੇ ਅਮਨ ਪਸੰਦੀ ਹੈ, ਉਹਨਾਂ ਨੇ ਕੁਰਾਨ ਪਾਕ ਦੀ ਤਾਲੀਮ 'ਤੇ ਅਮਲ ਕਰ ਲਿਆ। ਨਹੀਂ ਮੇਰੇ ਅਜ਼ੀਜ਼ੋ, ਉਹ ਬਾਈਬਲ ਮੁਕੱਦਸ ਦੀ ਤਾਲੀਮ ਦੇ ਉੱਤੇ ਹਲਫ ਲੈਂਦੇ ਨੇ, ਬਾਈਬਲ ਮੁਕੱਦਸ ਦੇ ਉੱਤੇ ਹੀ ਅਮਲ ਕਰਦੇ ਨੇ ਅਤੇ ਆਪਣੇ ਮੁਲਕ ਦੇ ਅੰਦਰ ਬਾਈਬਲ ਮੁਕੱਦਸ ਦੇ ਮੁਤਾਬਕ ਸਲਾਮਤੀ ਦੀ ਗੱਲ ਕਰਦੇ ਨੇ। ਅਸੀਂ ਇਸ ਪਾਕਿਸਤਾਨ ਦੀ ਅਗਰ ਗੱਲ ਕਰੀਏ, ਇੱਥੇ ਤਾਂ ਮਿਲਾਵਟ ਵੀ ਬੜੀ ਹੁੰਦੀ ਹੈ। ਆਏ ਦਿਨ ਅਸੀਂ ਉਹ ਹਰਕਤਾਂ ਹੁੰਦੀਆਂ ਵੇਖਦੇ ਹਾਂ ਜਿਹੜੀ ਪੂਰੀ ਦੁਨੀਆ 'ਚ ਵੀ ਨਹੀਂ ਹੁੰਦੀਆਂ। ਅਸੀਂ ਇਸ ਦੇ ਬਾਵਜੂਦ ਇਸ ਮੁਲਕ ਦੇ ਵਿੱਚ ਰਹਿ ਕੇ ਇਸ ਮੁਲਕ ਦੀ ਖੈਰ ਖਾਈ ਚਾਹੁੰਦੇ ਹਾਂ, ਕਿਉਂਕਿ ਮੇਰਾ ਕਲਾਮੇ ਪਾਕ ਮੈਨੂੰ ਇਹ ਕਹਿੰਦਾ, ਮੈਨੂੰ ਕਹਿੰਦਾ ਹੈ ਕਿ ਜਿਸ ਮੁਲਕ 'ਚ ਤੂੰ ਰਹਿੰਦਾ ਉਹਦੀ ਖੈਰ ਖਾਈ ਚਾਹ। ਇਸ ਮੁਲਕ ਦੀ ਸਲਾਮਤੀ ਲਈ ਹਰ ਸ਼ਬੋ ਰੋਜ਼ ਅਸੀਂ ਦੁਆ ਕਰਦੇ ਹਾਂ। ਗੋ ਕਿ ਇਹਦਾ ਸਿਲਾ ਸਾਨੂੰ ਤੁਸੀਂ ਨਹੀਂ ਦਿੰਦੇ, ਇਹਦਾ ਸਿਲਾ ਸਾਨੂੰ ਨਹੀਂ ਮਿਲਦਾ ਪਿਆ, ਬਲਕਿ ਸਾਨੂੰ ਕੀ ਮਿਲਦਾ? ਜਲੇ ਹੋਏ ਚਰਚ, ਜਲੀਆਂ ਹੋਈਆਂ ਆਬਾਦੀਆਂ, ਜਲੇ ਹੋਏ ਪਿੰਡ। ਤੁਸਾਂ ਜੜਾਂਵਾਲਾ ਦੇ ਵਿੱਚ ਬੇ ਇੰਤਹਾ ਜ਼ੁਲਮ ਕਰ ਦਿੱਤਾ, ਸਾਨੂੰ ਸ਼ਰਮ ਆ ਰਹੀ ਹੈ, ਸਾਡੇ ਦਿਲ ਖੂਨ ਦੇ ਆਸੂ ਹੁੰਦੇ ਪਏ ਨੇ ਕਿ ਤੁਸਾਂ ਇੱਜ਼ਤਾਂ ਵੀ ਲੁੱਟੀਆਂ,
ਬਾਈਬਲ ਮੁਕੱਦਸ ਨੂੰ ਬੇਹਰਮਤੀ ਕੀਤੀ। ਲੇਕਿਨ ਮੇਰੇ ਅਜ਼ੀਜ਼ੋ, ਅਸੀਂ ਸੋਚਣ ਦੇ ਮਜਬੂਰ ਹੋ ਗਏ ਹਾਂ ਕਿ ਤੁਸੀਂ ਸਾਨੂੰ ਹੁਣ ਹਾਲਤ ਦੱਸੋ। ਅਸੀਂ ਅਗਰ ਤੁਸੀਂ ਪੂਰੀ ਉਮਤੇ ਮੁਸਲਮਾਨ ਪਾਕਿਸਤਾਨ ਦੇ ਅੰਦਰ ਰਹਿ ਕੇ ਐਲਾਨ ਕਰ ਦੇਵੇ ਇਹਨਾਂ ਨੂੰ ਇੱਥੋਂ ਕੱਢ ਦਿੱਤਾ ਜਾਵੇ, ਜਿਵੇਂ ਕਿ ਬਹੁਤ ਸਾਰੇ ਮੁਲਾਣੇ ਕਹਿੰਦੇ ਨੇ ਇਹਨਾਂ ਨੂੰ ਇੱਥੋਂ ਕੱਢੋ, ਇਹ ਜਾ ਕੇ ਟਰੰਪ ਦੇ ਬੂਟ ਪਾਲਿਸ਼ ਕਰਨ। ਇਹ ਗੱਲਾਂ ਚੰਗੀਆਂ ਨਹੀਂ। ਅਸੀਂ ਤੇ ਮੁਹੱਬਤ ਦੇ ਸ਼ਦਾਈ ਹਾਂ, ਅਸੀਂ ਤੇ ਤੁਹਾਡੇ ਮੁਲਕ 'ਚ ਰਹਿ ਕੇ ਹਮੇਸ਼ਾ ਸਲਾਮਤੀ ਦੀਆਂ ਗੱਲਾਂ ਕਰਨੇ ਆ, ਲੇਕਿਨ ਤੁਸਾਂ ਸਾਡੇ ਨਾਲ ਹਮੇਸ਼ਾ ਨਾਰਵਾ ਸਲੂਕ ਕੀਤਾ ਹੈ। ਤੁਸਾਂ ਪਿੰਡਾਂ ਦੇ ਪਿੰਡ ਹੁਣ ਤੱਕ ਜਲਾ ਦਿੱਤੇ ਨੇ। ਤਦ ਵੀ ਬਹੁਤ ਸਾਰੇ ਲੋਕ ਜੋ ਸਾਨੂੰ ਮੁਜ਼ਮਤੀ ਬਿਆਨ ਦਿੰਦੇ ਨੇ, ਅਸੀਂ ਫੇਰ ਚੁੱਪ ਹੋ ਕੇ ਤੇ ਫੇਰ ਤੁਹਾਡੇ ਨਾਲ ਤੁਰ ਪੈਂਦੇ ਪਏ ਹਾਂ। ਅਸੀਂ ਫੇਰ ਜਦੋਂ ਕੋਈ ਆਉਂਦਾ ਤੇ ਅਸੀਂ ਕਹਿ ਦਿੰਦੇ ਚਲੋ ਠੀਕ ਹੈ, ਲੇਕਿਨ ਹੁਣ ਸਾਨੂੰ ਤੁਸੀਂ ਸੋਚਣ ਦੇ ਮਜਬੂਰ ਕਰ ਦਿੱਤਾ ਕਿ ਅਸੀਂ ਕੋਈ ਬਿਹਤਰੀਨ ਫੈਸਲਾ ਕਰ ਲਈਏ, ਕਿਉਂਕਿ ਹੁਣ ਸਾਡੇ ਚ ਸਿੱਕਤ ਨਹੀਂ ਰਹਿ ਗਈ, ਸਾਡੇ ਚੋਂ ਸਿੱਕਤ ਖਤਮ ਹੋ ਗਈ ਹੈ। ਕਿਉਂਕਿ ਅਸੀਂ ਮਜ਼ੀਦ ਨਾ ਤੇ ਚਰਚ ਜਲਵਾ ਸਕਦੇ ਹਾਂ, ਨਾ ਅਸੀਂ ਬਾਈਬਲ ਮੁਕੱਦਸ ਦੀ ਬੇਹਰਮਤੀ ਕਰਵਾ ਸਕਦੇ ਹਾਂ, ਤੇ ਨਾ ਆਪਣੀਆਂ ਇੱਜ਼ਤਾਂ ਇੱਥੇ ਲਟਵਾ ਸਕਦੇ ਹਾਂ, ਤੇ ਨਾ ਆਪਣੇ ਜਵਾਨਾਂ ਦੀਆਂ ਲਾਸ਼ਾਂ ਵੇਖ ਸਕਦੇ ਹਾਂ। ਅਫਸੋਸ ਦੇ ਨਾਲ ਸਾਨੂੰ ਕਹਿਣਾ ਪਾ ਰਿਹਾ ਇਹ, ਤੁਸੀਂ ਜ਼ੁਲਮ ਬਰਬੀਅਤ ਕਰਕੇ ਵਹਾਂਦੇ ਪਏ ਹੋ ਕਿ ਤੁਸੀਂ ਮਜਬੂਰ ਕਰਦੇ ਪਏ ਕਿ ਅਸੀਂ ਹੁਣ ਇੱਥੋਂ ਕੋਈ ਫੈਸਲਾ ਕਰੀਏ ਕਿ ਅਸੀਂ ਇਸ ਮੁਲਕ ਦੇ ਵਿੱਚੋਂ ਛੱਡ ਜਾਈਏ। ਲੇਕਿਨ ਅਗਰ ਤੁਸੀਂ ਇਸ ਗੱਲ ਨੂੰ ਚਾਹੁੰਦੇ ਹੋ ਤੇ ਸਾਨੂੰ ਪੂਰੀ ਉਮਤੇ ਮੁਸਲਮਾਨ ਜਿਹੜੀ ਹੈ ਸਾ, ਖਾਸ ਤੌਰ ਤੇ ਪਾਕਿਸਤਾਨ, ਕਿਉਂਕਿ ਇੰਜ ਕਰ ਕਰਕੇ ਤੁਸੀਂ ਪੂਰੇ ਦੁਨੀਆ ਦੇ ਵਿੱਚ ਪਾਕਿਸਤਾਨ ਦਾ ਨਾਮ ਬਦਨਾਮ ਕਰ ਦਿੱਤਾ ਹੈ। ਅੱਜ ਪੂਰੀ ਦੁਨੀਆ ਦੇ ਅੰਦਰ, ਪੂਰੀ ਦੁਨੀਆ ਦੇ ਅੰਦਰ ਹਰ ਪਾਸੇ ਇਹਤਜਾਜ ਹੋ ਰਹੇ ਨੇ ਕਿ ਪਾਕਿਸਤਾਨ ਦੇ ਅੰਦਰ ਮਸੀਹਾਂ ਦੇ ਨਾਲ ਕੀ ਸਲੂਕ ਹੋ ਰਿਹਾ। ਮਿਹਰਬਾਨੀ ਕਰਕੇ ਇਹ ਜ਼ੁਲਮ, ਬਰਬੀਅਤ, ਤਸ਼ੱਦਦ ਔਰ ਨਫ਼ਰਤ ਕਰਨੀ ਸਾਡੇ ਤੋਂ ਬੰਦ ਕਰ ਦਿਓ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਅਸੀਂ ਅਗਰ ਮੈਂ ਉਹਨਾਂ ਗੱਲਾਂ ਨੂੰ ਅੱਜ ਬਿਆਨ ਕਰਾਂ, ਸਰਗੋਧਾ ਦੇ ਅੰਦਰ ਅਸੀਂ ਇਹ ਨਹੀਂ ਕਹਿੰਦੇ ਕਿ ਉੱਥੇ ਕੋਈ ਜ਼ੁਲਮ ਹੋਇਆ, ਲੇਕਿਨ ਉੱਥੇ ਨਾ ਮਾਲੂਮ ਅਫਰਾਦ ਉੱਤੇ ਪਰਚਾ ਕੱਟ ਦਿੱਤਾ ਗਿਆ। ਲੇਕਿਨ ਇਸ ਗੱਲ ਨੂੰ ਵੀ ਜ਼ੇਰੇ ਗੌਰ ਰੱਖੋ, ਅਸੀਂ ਕਦੀ ਵੀ ਕੁਰਾਨ ਪਾਕ ਦੀ ਬੇਹਰਮਤੀ ਨਹੀਂ ਕਰ ਸਕਦੇ, ਕਦੀ ਵੀ ਸੋਚ ਨਹੀਂ ਸਕਦੇ। ਮੈਂ ਆਪਣੇ ਪਹਿਲੇ ਬਿਆਨ 'ਚ ਵੀ ਆਖਿਆ, ਮੇਰੇ ਨਜਾਤ ਦੇਣ ਦਾ ਖੁਦਾਵੰਦ ਯਿਸੂ ਮਸੀਹ ਦਾ ਕੁਰਾਨ ਪਾਕ 'ਚ 25 ਦਫਾ ਜ਼ਿਕਰ ਆਇਆ ਹੈ। ਇਸ ਗੱਲ ਨੂੰ ਤੁਸੀਂ ਸਾਰੇ ਜਾਣਦੇ ਹੋ। ਕਿਆ ਮੈਂ ਇੰਝ ਦੀ ਗੁਸਾਖੀ ਕਰਾਂਗਾ? ਨਹੀਂ, ਹਰਗਿਜ਼ ਨਹੀਂ ਹੋ ਸਕਦਾ। ਜੇ ਮੇਰੇ ਅਜ਼ੀਜ਼ ਭੈਣ ਭਾਈਓ, ਜ਼ਰਾ ਇਹਨਾਂ ਗੱਲਾਂ 'ਤੇ ਗੌਰ ਕਰੋ। ਮੈਂ ਉਸ ਭਾਈ 'ਤੇ ਵੀ ਜਾਂ ਉਸ ਸ਼ਖਸ ਦੇ ਉੱਤੇ ਵੀ ਅਫਸੋਸ ਕਰਨਾ ਜਿਹਨੇ ਕਰਾਚੀ ਦੇ ਅੰਦਰ ਸਾਡੇ ਚਰਚ ਦੇ ਉੱਤੇ, ਚਰਚ ਦੀ ਦੀਵਾਰ ਦੇ ਉੱਤੇ ਕੁਰਾਨ ਪਾਕ ਦੀ ਆਯਾਤ ਲਿਖੀਆਂ, ਉਹ ਜਨਾਬ ਨੇ ਜਿਹਨੇ ਵੀ ਚਰਚ ਦੀ ਦੀਵਾਰ ਉੱਤੇ ਲੈ ਦਿੱਤਾ, ਤਾਂ ਕਿ ਸ਼ਾਇਦ ਕੋਈ ਮਸੀਹ ਜਦੋਂ ਉਹਨੂੰ ਮਿਟਾਏਗਾ ਤੇ ਉਹਦੇ 'ਤੇ ਪਰਚਾ ਦਰਜ ਹੋਏਗਾ, ਬਲਕਿ ਪਰਚਾ ਨਹੀਂ, ਉਹ ਕਰਾਚੀ ਦਾ ਇਲਾਕਾ ਹੀ ਜਲਾ ਦਿੱਤਾ ਜਾਏਗਾ। ਜਨਾਬ, ਤੁਸੀਂ ਕਿਉਂ ਇੰਜ ਕੀਤਾ ਹੈ? ਇਹ ਸੋਚ ਉਹ ਨਫ਼ਰਤ ਹੈ, ਇਹ ਸੋਚ ਉਹ ਬੁਗਜ਼ ਹੈ, ਇਹ ਸੋਚ ਉਹ ਸ਼ਰਪਸੰਦੀ ਹੈ, ਜਿਹਨੇ ਇੰਜ ਕਰਕੇ ਸਾਬਤ ਕੀਤਾ ਹੈ ਕਿ ਅਸੀਂ ਤੁਹਾਡੇ ਨਾਲ ਕੀ ਕਰ ਸਕਦੇ ਹਾਂ। ਇੰਜ ਨਾ ਕਰੋ, ਇੰਜ ਸਾਡੇ ਨਾਲ ਨਾ ਕਰੋ। ਮੈਂ ਚਾਹੁੰਦਾ ਤੁਹਾਨੂੰ ਦੱਸਣਾ ਕਿ ਤੁਸੀਂ ਕਸੂਰ ਦੇ ਅੰਦਰ, ਮੋਚੀਪੁਰਾ ਦੇ ਅੰਦਰ ਇੱਕ ਖਾਤੂਨ ਜਿਹੜੀ ਕਿ ਘਰ 'ਚ ਸਫਾਈ ਦਾ ਕੰਮ ਕਰਦੀ ਪਈ ਸੀ, ਉਹਦੇ 'ਤੇ ਬੇਵਜ੍ਹਾ ਔਰ ਬੇਬੁਨਿਆਦ ਕੇਸ ਦਰਜ ਕਰ ਦਿੱਤਾ। ਉਹਦੇ 'ਤੇ ਇਲਜ਼ਾਮ ਇਸ ਤੱਕ ਲੱਗਾ ਕਿ ਉਹ ਆਪਣਾ ਇਲਾਕਾ ਛੱਡ ਕੇ ਚਲੀ ਗਈ ਔਰ ਲੋਕਾਂ ਦੇ ਅੰਦਰ ਖੌਫੋ ਹੈਰਾਸ ਫੈਲਾ ਦਿੱਤਾ। ਮੈਂ ਚੰਦ ਦਿਨ ਪਹਿਲਾਂ ਦੀ ਗੱਲ ਕਰਨ ਲੱਗਾ, ਜਦੋਂ ਮੈਂ SSP ਆਫਿਸ ਦੇ ਵਿੱਚ ਸਾਂ, ਉੱਥੇ ਵੀ ਇੱਕ ਗੱਲ ਮੈਂ ਕੀਤੀ ਸੀ ਕਿ ਜਦੋਂ ਤੁਸੀਂ ਆਪਣੇ ਬੱਚੇ ਦੇ ਕੰਨ 'ਚ ਪੈਦਾ ਹੁੰਦਾ ਹੈ ਤੁਸੀਂ ਅਜ਼ਾਨ ਦੇ ਦਿਓ, ਲੇਕਿਨ ਜਦੋਂ ਸਾਡੇ ਘਰ ਬੱਚਾ ਪੈਦਾ ਹੁੰਦਾ ਹੈ ਅਸੀਂ ਉਹਦੇ ਬੱਚੇ ਆਪਣੇ ਬੱਚੇ ਦੇ ਕੰਨ 'ਚ ਕਹਿੰਦੇ ਹਾਂ, ਪੁੱਤਰ ਤੂੰ ਪਾਕਿਸਤਾਨ 'ਚ ਪੈਦਾ ਹੋ ਗਿਆ, ਹੁਣ ਤੇਰੇ ਆਸੇ ਪਾਸੇ ਖੌਫ, ਦਹਿਸ਼ਤ
और तेरे चारों तरफ तलवारां ही। वो खौफ दे विच सारी जिंदगी गुजारदा है। जो असी खौफ च गुजारांगे असी कंजे दी भी हरकत कर सकने हैं। आप ही गौर करो, साढ़े मेरे इन जरूरत नहीं है। तो पहली गल मैं कह दी है कुरान पाक के अंदर मेरे नजात दईंदा खुदावंद यसुअल मसीह का 25 दफा जिक्र आया। किवें पॉसिबल है, किवें मुमकिन है कि मैं अपने खुदावंद यसुअल मसीह का नाम बेहरमती दे लैवां? कभी हो ही नहीं सकता। इसे इन्हें गलत गौर करो, तो जे तुसी गौर करोगे शायद ताडे अंदर साडे लई मुहब्बत जाग ही पवे। मैं बहुत सारे वाकयात जानना, लेकिन मैं ताडे अगे बयान करना चाहना कि बराए मेहरबानी मेहरबानी करके साडे ते जुलम करना बंद कर दियो, क्योंकि जुलम हमेशा जो होंगे ने तो फिर लाजम उतो फिर जिन्हें तुसा 47 दे विच भारत दे कोलो सिर्फ इसे वजह तो जुदा होए कि उथे जुलम हो रहा सी, जुलम की इंतहा हो चुकी सी। क्या हुण तुसी साडे नाल बदला लै रहे हो? असी ताडे नाल उथे कुछ नहीं सी कीता, असी ते ताडे नाल मेल मिलाप करके असी पाकिस्तान लै लिया, ते असी वोट पाए पाकिस्तान दे हक च, आखिया असी इन्हां दे नाल ही रहांगे। उस वक्त की तारीख बयान कर दी है, आख्या भी गया कि तुसी ले लो मुल्क, लेकिन नहीं असा क्या असी पाकिस्तान दे नाल रहांगे। उस वक्त जनाब सानू स्पीकर असैम्बली भी बनाया गया, सानू चीफ ऑफ आर्मी स्टाफ भी बनाया गया, सानू चीफ जस्टिस भी बना लिया गया। ते अज नारे लगते ने कि इस्लामी मुल्क दे विच किंज कोई क्रिश्चन जड़ा है वो आला ओहदे ते आवे ना। इंज ना करो, असी तुहाडे नाल प्यार करन वाले आ, असा इस पाकिस्तान नू खून दे के बनाया है। हालांकि उस वक्त सानू ये लफ्ज बड़ी आवाज ने कहना पिया कि सीने पे गोली खाएंगे पाकिस्तान बनाएंगे, असा पाकिस्तान पे बना लिया, लेकिन अज गोलियां सानू वाकई सहनिया पैंदियां पईयां ने। सानू उन्होंने कहा सी कि तू जिहड़ा बनाएगा पाकिस्तान उन्हों मिलेगा कब्रस्तान, लेकिन तुसी सानू देंदे पे हो। इंज ना करो, असी तुहाडे अगे हर दम मिन्नत ही करने पे आ, मिन्नत ही करने पे आ कि साडे ते इंज ना करो, असी ताडे नाल प्यार करने आ, इंज दीआं गल्लां करके सानू मजीद ना साड़ो। क्यों? क्योंकि असी इस मुल्क दे खैर खाईआं। शायद मेरी गल ताडी समझ आ जावे। और मैं दसना चाह रहा इहदे नाल मैं जिन्नियां भी हुण तक तो दस्सिया कि पाकिस्तान बनाउण च असी अपना खून दिता है, लेकिन इहदे एवज सानू जो कुछ मिलता पिया मैं अगे बयान कहड़े कहड़े कीते ने तां मैं दस्सिया जड़ांवाला दे विच कसूर दे विच मौजूदा टाइम है ते रावलपिंडी, रावलपिंडी दे विच एक जायदाद दा तनाजा और उंदी वजह तो खौफो हैरास फैला दिता गया और पूरा पूरा टोक सैदा खाली हो चुका है। अजे तक भी बहुत सारे घर अजे तक खाली पे ने। क्या ये भी मेरा पाकिस्तान? क्या इहनूं मैं आजादी नाल कह सकना कि यह मेरा पाकिस्तान है? मैं अगर अपने अंदर बयान करा तो बड़ा सड़िया पिया है, हर गल करदिया एक अग निकलती है, लहू भरे लफज निकलते ने, क्योंकि लहू लहू बनिया पिया है। मैं ये ताडे अगे इल्तमास करना पिया मेरे अजीजो, मेरे भैन भाईओ, मैं ये गल बयान करना पिया वा, शायद मेरिया गल्लां ताडी समझ विच आईन, क्योंकि असी तां तुहानू बार बार अपने वल्लों अपनी सच्चाई दसने आ। असी इंज दे नहीं हैगे जी, असी हमेशा तुहानू हमेशा प्यार कीता है। इंज ना करो तां कि पाकिस्तान दुनिया दे विच मजबूत पाकिस्तान नजर आवे। पाकिस्तान
जिंदाबाद। खुदा तुम सबनों बरकत दे।